ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਦੇ ਵਿੱਚ ਅੱਜ ਆਪਾਂ ਤੁਹਾਡੇ ਲਈ PTP SB ਦੀ ਜੋ ਆਪਾਂ GK ਸੀਰੀਜ਼ ਚਲਾਈ ਆ PYQ ਦੀ ਉਹਦੀ ਆਪਾਂ ਕਲਾਸ ਨੰਬਰ 4 ਲੈ ਕੇ ਆਏ ਆ ਜਿਦੇ ਵਿੱਚ ਕਿ ਆਪਾਂ PTP SB ਦਾ ਜੋ ਪੇਪਰ ਹੋਇਆ ਸੀ 11 11 ਦਸੰਬਰ 11 ਦਸੰਬਰ ਨੂੰ ਜੋ ਪੇਪਰ ਹੋਇਆ ਸੀ 2021 ਨੂੰ ਕਲਰਕ ਅਕਾਊਂਟ ਦਾ ਉਹਦੀ ਆਪਾਂ ਜੀਕੇ ਪਾਰਟ ਦਾ ਐਨਲਾਈਜ਼ ਕਰਾਂਗੇ ਤੇ ਐਜ਼ ਅ ਮੌਕ ਟੈਸਟ ਕਰਾਂਗੇ ਤੁਸੀਂ ਨਾਲ ਦੀ ਨਾਲ ਤੁਹਾਨੂੰ 10 ਸੈਕਿੰਡ ਦਾ ਟਾਈਮ ਮਿਲੇਗਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੋਚਣਾ ਮੈਂ ਤਾਂ ਦੇਖਣਾ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਗਏ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਜਿਹੜੇ 30 ਕੁਐਸਚਨ ਕਰਾਂਗੇ ਜੋ ਆਪਾਂ ਅੱਜ ਕੁਐਸਚਨ ਕਰ ਰਹੇ ਆ ਇਹਦੇ ਵਿੱਚ ਪੰਜਾਬ ਜੀਕੇ ਦੇ ਕੁਐਸਚਨ ਵੀ ਹੋਣਗੇ ਤੇ ਦੂਸਰੀ ਜੋ ਆਪਣੀ ਪੂਰੀ ਓਵਰਆਲ ਜੀਕੇ ਹੁੰਦੀ ਆ ਉਹਦੇ ਕੁਐਸਚਨ ਵੀ ਹੋਣਗੇ ਸੋ ਤੁਸੀਂ ਇਹ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਕਰਨਾ ਕਿਉਂਕਿ ਪੀਰ ਪਲੱਸ ਵੀ ਦੇ ਕਈ ਪੇਪਰਾਂ ਦੇ ਵਿੱਚ ਕੁਐਸਚਨ ਰਿਪੀਟ ਹੁੰਦੇ ਨੇ ਹੁਣ ਸ਼ੁਰੂ ਕਰਦੇ ਆ ਜੀ ਆਪਾਂ ਆਪਣਾ ਪਹਿਲਾ ਕੁਐਸਚਨ ਜਦ ਆਪਾਂ ਐਕਸਪਲੇਨ ਨਹੀਂ ਕਰਾਂਗੇ ਇਹਦੇ ਵਿੱਚ ਸੋ ਜੋ ਕੁਐਸਚਨ ਲੱਗੇਗਾ ਕਿ ਹਾਂ ਐਕਸਪਲੇਨ ਕਰਨ ਵਾਲਾ ਹੋਰ ਕੁਐਸਚਨ ਬਣ ਸਕਦਾ ਉਹੀ ਐਕਸਪਲੇਨ ਕਰਾਂਗੇ ਇਹਦੇ ਵਿੱਚ ਆਇਆ ਹੋਇਆ ਜੀ ਕੁਐਸਚਨ ਨੰਬਰ ਪਹਿਲਾ ਕੁਐਸਚਨ ਆਪਣਾ ਹੂ ਇਜ਼ ਦਾ ਸਕੈਸਸਰ ਆਫ ਦਾ ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਸੀ ਹਰੀ ਸਿੰਘ ਨਲਵਾ ਸ਼ੇਰ ਸਿੰਘ ਨਾਨਿਹਾਲ ਸਿੰਘ ਜਾਂ ਖੜਕ ਸਿੰਘ ਦੱਸੋ ਜੀ ਤੋਂ 10 ਸਕਿੰਟ ਦਾ ਟਾਈਮ ਮਿਲੇਗਾ ਤੁਹਾਨੂੰ ਤੋਂ ਤੁਸੀਂ ਸੋਚ ਲੈਣਾ ਵਾ ਸੋ ਬਿਲਕੁਲ ਸਹੀ ਜੀ ਖੜਕ ਸਿੰਘ ਜਿਹੜੇ ਸੀਗੇ ਇਹ ਸੀਗੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਸਕੈਸਸਰ ਸੀ ਠੀਕ ਆ 1839 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ ਠੀਕ ਆ ਉਸ ਤੋਂ ਬਾਅਦ ਖੜਕ ਸਿੰਘ ਬਣੇ ਸੀਗੇ ਆਪਣੇ ਸੋ ਨੈਕਸਟ ਕੁਐਸਚਨ ਆਪਾਂ ਕਰਨ ਲੱਗੇ ਹਾਂ ਜੀ ਗੋਪੀ ਚੰਦ ਭਾਰਵਾ ਜਿਹੜੇ ਸੀ ਉਹ ਕਿੰਨੇ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਠੀਕ ਆ ਜੀ ਕਿੰਨੇ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਇਹ ਜਿਹੜੇ ਗੋਪੀ ਚੰਦ ਭਾਰਵਾ ਸੀ ਉਹ ਪਹਿਲੇ ਮੁੱਖ ਮੰਤਰੀ ਸੀ ਪੰਜਾਬ ਦੇ ਠੀਕ ਆ ਜੀ ਆਜ਼ਾਦੀ ਤੋਂ ਬਾਅਦ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਾਂ ਚਾਰ ਵਾਰੀ ਸੋ ਬਿਲਕੁਲ ਸਹੀ ਜੀ ਇਹਦਾ ਤਿੰਨ ਵਾਰੀ ਬਣ ਚੁੱਕੇ ਨੇ ਇਹ ਤੇ ਇਹ ਵੀ ਤੁਹਾਡਾ ਕੁਐਸਚਨ ਕਵਰ ਹੋ ਜਾਏਗਾ ਇਹਦੇ ਵਿੱਚ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਮਿੱਟੀ ਆ ਜਿਹੜੀ ਕਿ ਪੰਜਾਬ ਦੇ ਦੱਖਣ ਪੱਛਮੀ ਖੇਤਰ ਦੇ ਵਿੱਚ ਆਪਣੀ ਉਪਲਬਧ ਦੱਖਣ ਪੱਛਮੀ ਖੇਤਰ ਪੁੱਛ ਲਿਆ ਉਹਨਾਂ ਨੇ ਠੀਕ ਹੈ ਜੀ ਮਿੱਟੀ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਡੇਜ਼ਰਟ ਡੇਜ਼ਰਟ ਸੋਇਲ ਹੋ ਗਿਆ ਅਲੂਵਲ ਸੋਇਲ ਹੋ ਗਿਆ ਰੈਡ ਸੋਇਲ ਹੋ ਗਿਆ ਜਾਂ ਸਾਲਟ ਸੋਇਲ ਡੇਜ਼ਰਟ ਫੈਕਟ ਬਿਲਕੁਲ ਸਹੀ ਜੀ ਡੇਜ਼ਰਟ ਫੈਕਟ ਇਹਦੀ ਆਪਣੀ ਸਹੀ ਚੱਲੇ ਜਾਂਦੀ ਆ ਨੈਕਸਟ ਕੁਐਸਚਨ ਕਰਾਂਗੇ ਜੀ ਆਪਾਂ Who was the first granthi of Shri Harmandir Sahib Golden Temple? ਠੀਕ ਹੈ ਜੀ ਸੋ ਇਹਨਾਂ ਚੋਂ ਬਹੁਤ ਕੁਐਸਚਨ ਤੁਹਾਨੂੰ ਦੇਖਣਗੇ ਜਿਹੜੇ ਕਿ ਆਪਾਂ ਆਲਰੇਡੀ ਕਰ ਚੁੱਕੇ ਆ ਆਪਣੇ ਪੰਜਾਬ ਜੀ ਕੇ ਜਾਂ ਦੂਸਰੇ ਮਾਡਰਨ ਹਿਸਟਰੀ ਦੇ ਵਿੱਚ ਕਿਸੇ ਵੀ ਸਿਲੇਬਸ ਦੇ ਵਿੱਚ ਆਪਣੇ ਕੀਤੇ ਹੋਏ ਨੇ ਉਹਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਸ਼੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਬਾਬਾ ਭਾਈ ਹਰੀਆ ਜੀ ਭਾਈ ਗੁਰਦਾਸ ਜੀ ਜਾਂ ਭਾਈ ਸੁਖਾ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਵਾ ਇਹ ਸਹੀ ਜੀ ਬਿਲਕੁਲ ਸਹੀ ਬਾਬਾ ਬੁੱਢਾ ਜੀ ਆਪਣਾ ਆਨਸਰ ਇਹਦਾ ਸਹੀ ਬਣ ਜਾਏਗਾ ਠੀਕ ਹੈ ਜੀ ਸੋ ਇਹ ਪਹਿਲੇ ਹੈਡ ਗ੍ਰੰਤੀ ਸੀਗੇ ਸ੍ਰੀ ਹਰਮੰਦਰ ਸਾਹਿਬ ਦਾ ਬਾਬਰ ਨੇ ਕਿੰਨੀ ਵਾਰ ਪੰਜਾਬ ਤੇ ਹਮਲਾ ਕੀਤਾ ਸੀ ਜੀ ਇੱਕ ਵਾਰੀ ਚਾਰ ਵਾਰੀ ਪੰਜ ਵਾਰੀ ਜਾਂ ਛੇ ਵਾਰੀ ਦੇਖੋ ਜੀ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਆ ਸੋ ਇਸ ਲਈ ਮੈਂ ਕਹਿੰਨਾ ਕਿ ਪੀਟਰਪਲਸ ਵੀ ਆਪਣੇ ਪੇਪਰਾਂ ਦੇ ਵਿੱਚ ਕੁਐਸਚਨ ਬਹੁਤ ਵਾਰ ਰਿਪੀਟ ਕਰਦਾ ਵਾ ਸੋ ਬਾਬਰ ਨੇ ਪੰਜ ਵਾਰੀ ਅਟੈਕ ਕੀਤਾ ਵਾ ਪਹਿਲੀ ਵਾਰ ਇੱਕ ਕੁਐਸਚਨ ਇਹ ਬਣਦਾ ਕਿ ਪਹਿਲੀ ਵਾਰ ਅਟੈਕ ਕਦੋਂ ਕੀਤਾ ਸੀ ਬਾਬਰ ਨੇ ਪੰਜਾਬ ਤੇ ਇਹ ਕੀਤਾ ਸੀ ਜੀ 1519 ਇਸਵੀ ਚ ਇਹ ਤੁਸੀਂ ਨੋਟ ਕਰ ਲੈਣਾ ਠੀਕ ਹੈ 1519 ਦੇ ਵਿੱਚ ਪਹਿਲੀ ਵਾਰ ਅਟੈਕ ਕੀਤਾ ਸੀ ਰਮੈਣ ਪੰਜਾਬ ਨੂੰ ਰਮੈਣ ਅਤੇ ਮਹਾਭਾਰਤ ਕਾਲ ਦੌਰਾਨ ਕੀ ਕਿਹਾ ਜਾਂਦਾ ਪੰਚਨੰਦਾ ਪੰਚ ਸਿੰਧੂ ਮਹਾਨੰਦਾ ਜਾਂ ਸੱਪ ਸਿੰਧੂ ਦੇਖੋ ਜੀ ਸੋਚੋ ਤੁਸੀਂ ਕੀ ਆਨਸਰ ਮਾਰ ਸਕਦਾ ਵੈਦਾ ਇਹ ਵੀ ਆਪਾਂ ਕਰਵਾਇਆ ਹੋਇਆ ਵਾ ਤੁਹਾਨੂੰ ਜਦੋਂ ਤੁਸੀਂ ਆਪਣੀ ਕਲਾਸ ਦੇਖੋਗੇ ਪੰਜਾਬ ਦੇ ਇਤਿਹਾਸ ਦੀ ਤਾਂ ਉਹਦੇ ਵਿੱਚ ਆਪਣਾ ਕੀਤਾ ਹੋਇਆ ਕੁਐਸਚਨ ਆ ਇਹ ਵੀ ਸੋ ਇੱਕ ਆਪਣਾ ਬਿਲਕੁਲ ਸਹੀ ਹੋ ਜਾਏਗਾ ਪੰਚਨੰਦਾ ਠੀਕ ਹੈ ਇਹ ਬੇਸਿਕ ਕੁਐਸਚਨ ਹੈ ਇਹ ਕੁਐਸਚਨ ਪੇਪਰ ਦੇ ਵਿੱਚ ਔਣੇ ਹੀ ਆਉਣੇ ਨੇ ਸੋ ਇਹ ਵਾਲੇ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਆ ਸੰਤ ਕਬੀਰ ਦਾ ਜਨਮ ਕਿੱਥੇ ਹੋਇਆ ਸੀ ਠੀਕ ਹੈ ਮथुरा ਚ ਹੋਇਆ ਸੀ ਦਿੱਲੀ ਚ ਹੋਇਆ ਸੀ ਅੰਮ੍ਰਿਤਸਰ ਚ ਹੋਇਆ ਸੀ ਜਾਂ ਵਾਰਾਨਸੀ ਚ ਹੋਇਆ ਸੀ ਸੋ ਤੁਸੀਂ ਸੋਚ ਰਿਹਾ ਹੋਗਾ ਸੰਤ ਕਬੀਰ ਦਾ ਜਨਮ ਬਾਰਾਨਾਸੀ ਦੇ ਵਿੱਚ ਹੋਇਆ ਸੀ ਠੀਕ ਆ ਕੁਝ ਹਿਸਟੋਰੀਅਨ ਇਹਦੇ ਵਿੱਚ ਲਿਖਦੇ ਨੇ ਕਿ ਇਹਨਾਂ ਦਾ ਜਨਮ ਹੋਇਆ ਸੀ 1798 ਤੋਂ ਲੈ ਕੇ ਮਤਲਬ ਪਰ 1518 ਦੇ ਵਿੱਚ ਇਹਨਾਂ ਦੀ ਉਹ ਹੋ ਗਈ ਸੀਗੀ ਆਪਣੀ ਮੌਤ ਹੋ ਗਈ ਸੀ ਸੋ ਇਹ ਤਾਂ ਜ਼ਿਆਦਾ ਇਹ ਗਲਤ ਲੱਗ ਰਿਹਾ ਵਾ ਸੋ ਮੇਰੇ ਅਕੋਰਡਿੰਗ ਇਹਦੇ ਵਿੱਚ ਜਿਹੜੇ ਵਿੱਚ ਕੁਝ ਜਗ੍ਹਾ ਦੇ ਉੱਤੇ ਮੈਨੂੰ ਦੇਖਿਆ ਸੋ ਐਨਸੀਆਰਟੀ ਆਪਾਂ ਚੈੱਕ ਕਰ ਲਾਂਗੇ ਸੋ ਉਹਦੇ ਵਿੱਚ ਦੇਖਾਂਗੇ ਕਿ ਕਿੰਨਾ ਲਿਖਿਆ ਹੋਇਆ ਫਿਲਹਾਲ ਤੁਸੀਂ ਇਹ ਯਾਦ ਨਾ ਕਰੋ ਕਿਉਂ ਕਈਆਂ ਦੇ ਵਿੱਚ 1440 ਤੋਂ ਲੈ ਕੇ 1518 ਲਿਖਿਆ ਹੋਇਆ ਕਈਆਂ ਦੇ ਵਿੱਚ ਇਹਨਾਂ ਦਾ ਜਨਮ 1398 ਵੀ ਲਿ ਵੇ 1398 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਸੋ ਆਪਾਂ ਕੋਈ ਗੱਲ ਨਹੀਂ ਇਹ ਆਪਾਂ ਕਲੀਅਰ ਕਰਕੇ ਜਦੋਂ ਆਪਣਾ ਸੰਤ ਕਬੀਰ ਦਾ ਟਾਪਿਕ ਆਊਗਾ ਪੰਜਾਬ ਜੀਕੇ ਚ ਉਹਦੇ ਵਿੱਚ ਆਪਾਂ ਤੁਹਾਡਾ ਕਲੀਅਰ ਕਰ ਦਾਂਗੇ ਐਨਸੀਆਰਟੀ ਨਾਲ ਮਲਾ ਕੇ ਕਿ ਕਦੋਂ ਹੋਇਆ ਸੀ ਕਿਉਂਕਿ ਇੱਥੇ ਤਾਂ ਕਿੱਥੇ ਪੁੱਛਿਆ ਉਹਦਾ ਆਪਣਾ ਵਾਰਾਨਾਸੀ ਸਹੀ ਚੱਲਿਆ ਗਿਆ ਹੂ ਵਾਸ ਦਾ ਲਾਸਟ ਸਿੱਖਮ ਪਾਇਰ ਦੇਖੋ ਆਹੜਾ ਕੁਐਸਚਨ ਸੇਮ ਟੂ ਸੇਮ ਕੁਐਸਚਨ ਤੁਸੀਂ ਦੇਖੇ ਹੋਣਗੇ ਕਿ ਇਸ ਤੋਂ ਅਗਲੀ ਸੇਮ ਇੱਕ ਦਿਨ ਬਾਅਦ ਹੀ ਪੀਟਰ ਪਲੱਸ ਵੀ ਨੇ ਕਲਰਕ ਪੇਪਰ ਚ ਪਤਾ ਸੀ ਤੁਸੀਂ ਸੋਚ ਸਕਦੇ ਹੋ ਕਿ ਜੇ ਇੱਕ ਦਿਨ ਦੇ ਵਿੱਚ ਉਹ ਕੁਐਸਚਨ ਰਿਪੀਟ ਕਰ ਸਕਦੇ ਆ ਹੁਣ ਤਾਂ ਪੇਪਰ ਬਹੁਤ ਹੋਣੇ ਨੇ ਇਹਦੇ ਵਿੱਚ ਵੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਰਿਪੀਟ ਦੇਖਣ ਨੂੰ ਮਿਲਣਗੇ ਠੀਕ ਹੈ ਸੋ ਇਸ ਲਈ ਮੈਂ ਕਹਿੰਦਾ ਕਿ ਪੀਵਾਈਕਿਊ ਸੀਰੀਜ਼ ਤੁਸੀਂ ਚੰਗੀ ਤਰ੍ਹਾਂ ਕਰਨੀਆਂ ਠੀਕ ਹੈ ਜੀ ਦਲੀਪ ਸਿੰਘ ਖੜਕ ਸਿੰਘ ਆਪਣੇ ਸ਼ੇਰ ਸਿੰਘ ਜਾਂ ਨੌਨਿਹਾਲ ਸਿੰਘ ਲਾਸਟ ਸਿੱਖ ਸਮਰਾਜ ਜੇ ਪੁੱਛਿਆ ਉਹਨਾਂ ਨੇ ਠੀਕ ਹੈ ਜੀ ਸੋ ਦਲੀਪ ਸਿੰਘ ਬਹੁਤ ਵਾਰ ਆਪਾਂ ਕੀਤਾ ਹੋਇਆ ਵਾ ਆਪਣੇ ਟਾਪਿਕ ਵੀ ਜਿਹੜਾ ਆਪਾਂ ਐਂਗਲੋ ਸਿੱਖ ਵਾਰ ਕਰਾਇਆ ਹੋਇਆ ਉਹਦੇ ਵਿੱਚ ਵੀ ਕੀਤਾ ਦਲੀਪ ਸਿੰਘ ਜਿਹੜੇ ਆਖਰੀ ਸਿੱਖ ਸਮਰਾ ਸੀ ਕਗਾਪਾ ਦੇਖਿਆ ਜਗਾ 1849 ਈਸਵੀ ਦੇ ਵਿੱਚ ਡਲਹੌਜੀ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਸੀ 52 ਨੰਬਰ ਕੁਐਸਚਨ ਹੂ ਕੰਪੋਜ਼ ਦਾ 12ਵਾਂ 12ਵਾਂ ਕਿਸ ਨੇ ਲਿਖਿਆ ਹੈ ਠੀਕ ਹੈ ਜੀ ਦੀ ਰਚਨਾ ਕਿਸ ਨੇ ਕੀਤੀ ਹੈ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਸੋ ਇਹ ਕੁਐਸਚਨ ਵੀ ਆਪਣਾ ਉਹਦੇ ਵਿੱਚ ਪੰਜਾਬ ਜੀਕੇ ਦੀ ਜੋ ਆਪਣੇ ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਕਵਰ ਹੋ ਜਾਂਦਾ ਵਾ ਤੁਸੀਂ ਉਹ ਕਲਾਸ ਦੇਖ ਲੈਣੀ ਆ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਆ ਉਹਦੇ ਚੋਂ ਗੁਰਨਾਨਕ ਦੇਵ ਜੀ ਠੀਕ ਹੈ ਜੀ ਅੱਗੇ ਕਰਾਂਗੇ ਆਪਾਂ ਨੈਕਸਟ ਕੁਐਸਚਨ ਆ ਗਿਆ ਜੀ ਸਾਡਾ ਇਹਨਾਂ ਦੇ ਵਿੱਚੋਂ ਕਿਹੜੀ ਫਸਲ ਆ ਪੰਜਾਬ ਸਰਕਾਰ ਦੀ ਜਿਹਦੇ ਤੇ ਇੱਕ ਸਰਕਾਰੀ ਮੋਹਰ ਦਿਖਾਈ ਦਿੰਦੀ ਹੈ ਸੋ ਇਹਦਾ ਕਣਕ ਵਾ ਝੋਨਾ ਵਾ ਗੰਨਾ ਵਾ ਜਾਂ ਮੱਕੀ ਆ ਸੋ ਇਹਦਾ ਸਹੀ ਆਨਸਰ ਬਣਦਾ ਵਾ ਆਪਣਾ ਕਣਕ ਕਣਕ ਦੇ ਉੱਤੇ ਸਰਕਾਰੀ ਮੋਹਰ ਦਿਖਾਈ ਦਿੰਦੀ ਆ। ਸੋ ਅੱਜ ਕੁਐਸਚਨ ਘੱਟ ਨੇ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਕਰਨ। 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ? ਦੌਲਤ ਖਾਨ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ ਜਾਂ ਬਹਿਲਾਲ ਖਾਨ ਲੋਧੀ। ਸੋ ਇਹ ਕੁਐਸਚਨ ਵੀ ਆਪਣਾ ਕਵਰ ਹੋ ਜਾਂਦਾ ਵਾ ਜੇਕਰ ਤੁਸੀਂ ਪੰਜਾਬ ਜੀਕੇ ਦੀ ਆਪਣੀ ਮੱਧਕਾਲੀਨ ਇਤਿਹਾਸ ਵਾਲੀ ਵੀਡੀਓ ਦੇਖੀ ਆ ਤਾਂ ਤੁਹਾਡਾ ਇਹ ਕੁਐਸਚਨ ਵੀ ਉਹਦੇ ਵਿੱਚੋਂ ਕਵਰ ਹੋ ਰਿਹਾ ਵਾ। ਦੌਲਤ ਖਾਨ ਲੋਧੀ ਜਿਹੜਾ ਸੀ ਉਹ ਆਪਣਾ 16ਵੀਂ ਸਦੀ ਦਾ ਪੰਜਾਬ ਦਾ ਸ਼ਾਸਕ ਸੀਗਾ ਠੀਕ ਹੈ ਜੀ ਆਪਾਂ ਪੜਿਆ ਇੱਕ ਹੋਰ ਕੁਐਸਚਨ ਮਰਨਦਾ ਵਾ ਉਸ ਟਾਈਮ ਦੇ ਉੱਤੇ ਕਿ ਆਪਣਾ ਲੋਧੀ ਡੈਂਸਟੀ ਦੇ ਆਪਣੇ ਫਾਊਂਡਰ ਕੌਣ ਸੀ ਬਹੁਤ ਵਾਰ ਰਿਪੀਟ ਹੋਇਆ ਬਹਿਲੌਲ ਖਾਨ ਲੋਧੀ ਠੀਕ ਹੈ ਜੀ ਸੋ ਇਹ ਵੀ ਤੁਸੀਂ ਆਪਦਾ ਦਿਮਾਗ ਦੇ ਵਿੱਚ ਰੱਖਣਾ ਵਾ ਨੈਕਸਟ ਕੁਐਸਚਨ ਆ ਗਿਆ ਜੀ ਸਾਡਾ ਇਹਨਾਂ ਦੇ ਵਿੱਚੋਂ ਬੈਕਬੋਨ ਕਿਹਨੂੰ ਕਿਹਾ ਜਾਂਦਾ ਜੀ ਪੰਜਾਬ ਦੀ ਪੰਜਾਬ ਦੀ ਬੈਕ ਕਿਸ ਨਦੀ ਨੂੰ ਬੈਕਬੋਨ ਆਫ ਦੀ ਪੰਜਾਬ ਕਿਹਾ ਜਾਂਦਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਬਿਆਸ ਨੂੰ ਕਹਿੰਦੇ ਆ ਸਤਲੁਜ ਨੂੰ ਕਹਿੰਦੇ ਆ ਰਾਵੀ ਨੂੰ ਕਹਿੰਦੇ ਆ ਜਾਂ ਚਨਾਬ ਨੂੰ ਕਹਿੰਦੇ ਆ ਦੱਸੋ ਜੀ ਸੋ ਬਿਲਕੁਲ ਸਹੀ ਜੀ ਇਹ ਸਤਲੁਜ ਆਪਣਾ ਆਨਸਰ ਸਹੀ ਬਣਦਾ ਬਈ ਇਹਦੇ ਵਿੱਚ ਨੈਕਸਟ ਕੁਐਸਚਨ ਕਰਨ ਲੱਗੇ ਆ ਜੀ ਆਪਾਂ ਮੈਨੂੰ ਵਿਦਾ ਕਰੋ ਡੈਸ਼ ਦੁਆਰਾ ਲਿਖੀ ਗਈ ਸੀ ਮੈਨੂੰ ਵਿਦਾ ਕਰਾ ਕਿਹਦੀ ਰਚਨਾ ਮਾ ਜੀ ਪ੍ਰੋਫੈਸਰ ਮਨਮੋਹਨ ਸਿੰਘ ਬਲਵੰਤ ਕਾਰਗੀ ਸ਼ਿਵ ਕੁਮਾਰ ਬਟਾਲਵੀ ਜੋਂ ਦਲੀਪ ਕੌਰ ਟਵਾਰਾ ਸੋ ਜੇ ਆਪਣੀ ਕਲਾਸ ਆਲਰੇਡੀ ਜਿਹੜੀ ਪੰਜਾਬ ਸਾਹਿਤ ਦੇ ਵਿੱਚੋਂ ਬਹੁਤ ਕੁਐਸਚਨ ਪੰਜਾਬ ਦੇ ਪੇਪਰਾਂ ਦੇ ਵਿੱਚ ਆਉਂਦੇ ਨੇ ਆਪਾਂ ਉਹਦੋਂ ਯੂਨਿਕ ਤੇ ਪੁਰਾਤਨ ਸਾਹਿਤ ਸਾਰੀ ਕਲਾਸ ਮੇਰੀ ਆਲਮੋਸਟ ਰੈਡੀ ਕੀਤੀ ਪਈ ਆ ਕੱਲ ਨੂੰ ਤੁਹਾਨੂੰ ਕਿਸੇ ਟਾਈਮ ਵੀ ਮੈਂ ਇਹ ਅਪਲੋਡ ਕਰ ਦਾਂਗਾ ਜਦੋਂ ਪੂਰੀ ਤਿਆਰ ਹੋਏਗੀ ਸੋ ਇਹ ਵਾਲਾ ਤੁਸੀਂ ਆਪਣਾ ਕਰ ਸਕਦੇ ਹੋ ਇਹਨਾਂ ਸ਼ਿਵ ਕੁਮਾਰ ਬਟਾਲਵੀ ਆਪਣਾ ਬਿਲਕੁਲ ਸਹੀ ਬਣਦਾ ਵਾ ਮੈਨੂੰ ਵਿਦਿਆ ਕਰੋ ਇਟ ਇਜ਼ ਰਿਟਨ ਬਾਈ ਸ਼ਿਵ ਕੁਮਾਰ ਬਟਾਲਵੀ ਸੋ ਜੇ ਦੀ ਕਲਾਸ ਆਪਣੀ ਮੈਂ ਕਹੀ ਜਾਣਗੇ ਪੰਜਾਬ ਦੇ ਜੋ ਸਾਹਿਤ ਦੇ ਉੱਤੋਂ ਬਾਰ ਬਾਰ ਕੁਐਸਚਨ ਪੇਪਰ ਚ ਆਉਣਗੇ ਬਹੁਤ ਇੰਪੋਰਟੈਂਟ ਕਲਾਸ ਹੋਏਗੀ ਉਹ ਤੁਸੀਂ ਮਿਸ ਨਹੀਂ ਕਰਨੀਗੀ ਸੀਗਾ ਉਹਦੇ ਵਿੱਚ ਕਾਫੀ ਹੱਦ ਤੱਕ ਤੁਹਾਡਾ ਸੂਫੀਜ਼ਮ ਟੌਪਿਕ ਵੀ ਕਵਰ ਹੋ ਜਾਏਗਾ ਜੋ ਸੂਫੀਜ਼ਮ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਕਿਉਂਕਿ ਬਾਬਾ ਫਰੀਦ ਦੇ ਉੱਤੇ ਜੋ ਕੁਐਸਚਨ ਬਣਦੇ ਨੇ ਠੀਕ ਹੈ ਉਹ ਸਾਰੇ ਕੁਐਸਚਨ ਆਪਣੇ ਆਲਮੋਸਟ ਉਹਦੇ ਵਿੱਚ ਕਵਰ ਹੋ ਜਾਣਗੇ ਠੀਕ ਹੈ ਜੀ ਸੋ ਉਹ ਵਾਲੀ ਕਲਾਸ ਤੁਸੀਂ ਜ਼ਰੂਰ ਸਾਰਾ ਕਵਰ ਕਰਾਂਗੇ ਜੀ ਠੀਕ ਹੈ ਜੀ ਆਪਾਂ ਠੀਕ ਹੈ ਸ਼ਿਵ ਕੁਮਾਰ ਬਟਾਲਵੀ ਦਾ ਸਹੀ ਆਨਸਰ ਬੰਦਾ ਵਾ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ 2021 ਵਿੱਚ ਪੰਜਾਬ ਦੀ ਝਾਕੀ ਦਾ ਜਿਹੜਾ ਕਾਰਨ ਕੀ ਝਾਕੀ ਦਾ ਵਿਸ਼ਾ ਕੀ ਸੀ ਦੱਸੋ ਜੀ ਇਹ ਮੈਂ ਤੁਹਾਨੂੰ ਜੋ ਪਿਛਲਾ ਪੇਪਰ ਆਇਆ ਸੀ ਜੋ ਇਹਦੇ ਵਿੱਚ ਇੱਕ ਪੇਪਰ ਦੇ ਵਿੱਚ ਅਸਿਸਟੈਂਟ ਜੇਲ ਸੁਪਰੀਨਟੈਂਡੈਂਟ ਦਾ 2021 ਚ ਪੇਪਰ ਹੋਇਆ ਸੀ ਉਹਦਾ ਜਦੋਂ ਆਪਾਂ ਪੇਪਰ ਕਰਦਾ ਸੀ ਮੈਂ ਤੁਹਾਨੂੰ ਉਦੋਂ ਹੀ ਕਹਿੰਦਾ ਸੀ ਕਿ ਪੇਪਰਾਂ ਦੇ ਵਿੱਚ ਇਹ ਵਾਲਾ ਕੁਐਸਚਨ ਮੈਨੂੰ ਲੱਗਿਆ ਸੀ ਕਿ ਰਿਪੀਟ ਹੋਇਆ ਵਾ ਸੋ ਅੱਗੇ ਵੀ ਇਹ ਕੁਐਸਚਨ ਰਿਪੀਟ ਹੋਊਗਾ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਜੋ ਆਪਣਾ ਸਾਕਾ ਹੋਇਆ ਸੀ ਜਾਂ ਜੋ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਜਾਂ ਪੰਜਾਬ ਵਿੱਚ ਨਿਵੇਸ਼ ਕਰੋ 2021 ਦਾ ਪੁੱਛਿਆ ਇਹਨਾਂ ਨੇ ਕਨਫਿਊਜ਼ ਕਰਨਗੇ ਤੁਹਾਨੂੰ ਇਹ 2021 ਦਾ ਪੁੱਛਿਆ ਠੀਕ ਹੈ ਜੀ ਬਿਲਕੁਲ ਸਹੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇਹਦਾ ਆਪਣਾ ਵਿਸ਼ਾ ਸੀਗਾ ਚਾਕੀ ਦਾ ਵਿਸ਼ਾ ਸੀਗਾ ਸੋ ਇਹ ਹੋ ਜਗਾ 2022 ਚ ਕੀ ਆ ਮੈਂ ਤੁਹਾਨੂੰ ਕਰਵਾਇਆ ਹੋਇਆ ਹੈਗਾ ਜੋ ਆਪਣੇ ਪੰਜਾਬੀਆਂ ਨੇ ਜੋ ਫਰੀडम ਸਟਰਗਲ ਦੇ ਵਿੱਚ ਆਜ਼ਾਦੀ ਦੀ ਜੋ ਫਰੀडम ਸਟਰਗਲ ਦੇ ਵਿੱਚ ਜੋ ਯੋਗਦਾਨ ਪਾਇਆ ਵਾ ਠੀਕ ਆ ਚਾਹੇ ਕੋਈ ਵੀ ਹੋਵੇ ਚਾਹੇ ਭਗਤ ਸਿੰਘ ਹੋਗੇ ਲਾਲਾ ਲਾਜਪਤਰਾਏ ਹੋਗੇ ਸੁਖਦੇਵ ਹੋਗੇ ਸ਼ਹੀਦ ਉਦਮ ਸਿੰਘ ਹੋਗੇ ਕਰਤਾਰ ਸਿੰਘ ਸਰਾਭਾ ਇਹਨਾਂ ਸਾਰਿਆਂ ਦਾ ਆਪਣਾ ਉਹਦੇ ਵਿੱਚ ਆਇਆ ਹੋਇਆ ਸੋ ਇਹ ਕੁਐਸਚਨ ਮੋਸਟ ਐਕਸਪੈਕਟਿਡ ਕੁਐਸਚਨ ਮੰਨੂਗਾ 2022 ਚ ਉਹ ਰੋਈਵਲਡ ਦਾ ਗ੍ਰੈਂਡ ਟ੍ਰੰਕ ਰੋਡ ਠੀਕ ਹੈ ਜਿਹਨੂੰ ਆਪਾਂ ਜੀਟੀ ਰੋਡ ਕਹ ਦਿੰਦੇ ਹਾਂ ਨਾ ਇਹਦੀ ਉਹ ਸਾਰੀ 16ਵੀਂ ਸਦੀ ਦੇ ਵਿੱਚ ਕਿਹਨੇ ਕੀਤੀ ਸੀ ਬਾਬਰ ਨੇ ਕੀਤੀ ਸੀ ਅਕਬਰ ਨੇ ਜਹਾਂਗੀਰ ਨੇ ਜਾਂ ਸ਼ੇਰ ਸ਼ਾਹ ਨੇ ਸ਼ੇਰ ਸ਼ਾਹ ਸੂਰੀ ਨੇ ਦੱਸੋ ਜੀ ਬਿਲਕੁਲ ਸਹੀ ਜੀ ਸ਼ੇਰ ਸ਼ਾਹ ਸੂਰੀ ਆਪਣਾ ਬਿਲਕੁਲ ਸਹੀ ਜਾਂਦਾ ਵਾ ਸੋ ਮੁਗਲ ਕਾਲ ਦੇ ਦੌਰਾਨ ਹੀ ਆਪਾਂ ਇਹ ਕਵਰ ਕਰ ਲਵਾਂਗੇ ਥੋੜਾ ਜਿਹਾ ਆਪਾਂ ਇਹ ਕਵਰ ਕੀਤਾ ਵੀ ਹੋਇਆ ਠੀਕ ਹੈ ਜੀ ਸੋ ਛੇੜ ਸਾਹ ਸੂਰੀ ਆਪਣਾ ਇਹਦਾ ਸਹੀ ਬਣਦਾ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ ਛੇੜ ਸਾਹ ਸੂਰੀ ਨੇ ਜੀਟੀ ਰੋਡ ਦੀ ਉਹ ਕੀਤੀ ਸੀ ਇੱਕ ਛੇੜ ਸਾਹ ਸੂਰੀ ਨੇ ਸਿਲਵਰ ਦਾ ਜੋ ਕੋਇਨ ਸੀ ਨਾ ਸਿਲਵਰ ਕੋਇਨ ਜਾਰੀ ਕੀਤਾ ਸੀ ਜਿਹਨੂੰ ਕਿ ਰੁਪਈਆ ਕਹਿੰਦੇ ਸੀ ਠੀਕ ਹੈ ਰੁਪਈਆ ਕਹਿੰਦੇ ਇਹਦੀ ਖੋਜ ਇਹਨੂੰ ਕਿਹਨੇ ਲਾਂਚ ਕੀਤਾ ਸੀ ਛੇੜ ਸਾਹ ਸੂਰੀ ਨੇ ਇਹ ਵੀ ਕੁਐਸਚਨ ਪੇਪਰ 'ਚ ਬਣਦਾ ਵਾ ਨੈਕਸਟ ਕਰਦੇ ਆ ਅਸੀਂ ਆਪਾਂ ਆਹ ਦੇਖੋ ਜੀ ਕਿਹੜੀ ਐਂਗਲੋ ਸਿੱਖ ਵਾਰ ਦੇ ਵਿੱਚ ਡਲਹੌਜੀ ਨੇ ਐਨੈਕਸ ਕਰ ਲਿਆ ਸੀ ਪੰਜਾਬ ਨੂੰ ਪਹਿਲੀ ਚ ਦੂਜੀ ਚ ਤੀਜੀ ਚ ਜਾਂ ਚੌਥੀ ਚ ਆਹ ਤਾਂ ਐਲੀਮੀਨੇਟ ਹੀ ਹੋ ਗਈਆਂ ਤੀਜੀ ਚ ਚੌਥੀ ਤਾਂ ਜੰਗ ਹੋਈ ਨਹੀਂ ਸੀ ਪਹਿਲੀ ਤੇ ਦੂਜੀ ਦੇ ਵਿੱਚੋਂ ਦੱਸੋ ਜੀ ਸੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਸੋ ਦੂਜੀ ਜਿਹੜੀ ਜੰਗ ਹੋਈ ਸੀਗੀ ਠੀਕ ਆ ਜੀ 1848 49 ਦੇ ਵਿੱਚ ਹੋਈ ਸੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ 1849 ਇਸਵੀ ਦੇ ਵਿੱਚ ਡਲਹੌਜੀ ਨੇ ਐਨੈਕਸ ਕਰ ਲਿਆ ਸੀ ਪੰਜਾਬ ਦੇ ਉੱਤੇ ਇਹਨਾਂ ਦੇ ਵਿੱਚੋਂ ਕਿਹੜੇ ਦੋ ਸੂਬੇ ਸੀ ਜਿਹੜੇ ਮੁਗਲ ਕਾਲ ਦੌਰਾਨ ਸੀਗੇ ਮੁਗਲ ਕਾਲ ਦੌਰਾਨ ਜਾਂ ਮਤਲਬ ਮੇਨ ਦੋ ਸੂਬੇ ਕਿਹੜੇ ਸੀ ਇਹਦੇ ਸੈਂਡਟੇ ਲਾਹੌਰ ਸੈਂਡਟੇ ਮਲਤਾਨ ਲਾਹੌਰ ਅਤੇ ਮਲਤਾਨ ਜਾਂ ਲਾਹੌਰ ਅਤੇ ਅੰਮ੍ਰਿਤਸਰ ਦੱਸੋ ਜੀ ਸੋ ਬਿਲਕੁਲ ਸਹੀ ਜੀ ਲਾਹੌਰ ਤੇ ਮਲਤਾਨ ਦੋ ਸੂਬੇ ਹਜੇ ਸੀ ਜਿਹੜੇ ਕਿ ਆਪਣੇ ਇਹਦੀਆਂ ਮੇਨ ਇਹਨਾਂ ਦੀਆਂ ਠੀਕ ਹੈ ਪ੍ਰੋਵਿੰਸਸ ਸੀਗੇ ਆਪਣੇ ਹੀਟ ਲਿਕੇ ਸੂਫੀ ਸੰਤਾਂ ਵਿੱਚੋਂ ਕਿਸ ਨੇ ਯਾਰ ਭਾਰਤ ਨੂੰ ਧਰਤੀ ਦਾ ਫਰਦੇਸ਼ ਕਿਹਾ ਵਾ ਬਾਬਾ ਫਰੀਦ ਅਮੀਰ ਖੁਸਰੋ ਅ ਅਮੀਰ ਖੁਰਦ ਸੌਰੀ ਅਮੀਰ ਖੁਰਦ ਆਮੀਰ ਖੁਸਰੋ ਜਾਂ ਸ਼ਾ ਅਮਾਨਤ ਕਿੰਨੇ ਨੇ ਕਿਹਾ ਜੀ ਧਰਤੀ ਦਾ ਫਰਦੇਸ਼ ਭਾਰਤ ਨੂੰ ਕਿਹਨੂੰ ਕਿਹਾ ਪਾ ਕਿਹਨੇ ਕਿਹਾ ਜੀ ਇਹ ਬਿਲਕੁਲ ਸਹੀ ਜੀ ਇਹ ਤਾਂ ਆਮੀਰ ਖੁਸਰੋ ਆਪਣਾ ਸਹੀ ਮੰਨਦਾ ਵਾ ਠੀਕ ਆ ਸੋ ਸੂਫੀਜ਼ਮ ਚੋ ਕੁਐਸਚਨ ਆਇਆ ਹੋਇਆ ਆਪਾਂ ਇੱਕ ਕਲਾਸ ਸੂਫੀਜ਼ਮ ਦੀ ਵੀ ਕਰਨੀ ਆ ਸੋ ਸੂਫੀਜ਼ਮ ਚੋ ਬਹੁਤ ਕੁਐਸਚਨ ਆਇਨੇ ਇਸ ਵਾਰ ਕਲਰਕ ਦੇ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਵੀਰ ਅਸ਼ਵਨੀ ਵਾਈਲਡ ਲਾਈਫ ਸੈਂਚਰੀਸ ਤੈਤਾ ਅੰਮ੍ਰਿਤਸਰ ਲੁਧਿਆਣਾ ਸੰਗਰੂਰ ਜਾਂ ਬਠਿੰਡਾ ਦੱਸੋ ਜੀ ਬਿਲਕੁਲ ਸਹੀ ਜੀ ਇਹਦਾ ਸੰਗਰੂਰ ਸਹੀ ਆਨਸਰ ਆਉਂਦਾ ਸੰਗਰੂਰ ਦੇ ਵਿੱਚ ਵੀਰ ਅਸ਼ਵਿਨ ਵਾਈਲਡਲਾਈਫ ਸੈਂਚਰੀ ਮੌਜੂਦ ਆ ਨੈਕਸਟ ਕਰਦੇ ਹਾਂ ਜੀ ਆਪਾਂ ਵਾਟ ਵਾਸ ਦਾ ਪੀਰੀਅਡ ਆਫ ਗੁਰੂ ਅੰਗਦ ਦੇਵ ਜੀ ਐ ਸਿੱਖ ਗੁਰੂ ਸਿੱਖ ਧਰਮ ਦੇ ਇਤਿਹਾਸ ਚ ਆਪਣਾ ਇਹ ਵੀ ਕਵਰ ਹੋ ਰਿਹਾ ਵਾ ਕੀਤਾ ਹੋਇਆ ਆਪਣਾ ਗੁਰੂ ਅੰਗਦ ਦੇਵ ਜੀ ਦਾ ਸਿੱਖ ਗੁਰੂ ਹੋਣ ਦਾ ਸਮਾਂ ਕੀ ਸੀ 1538 ਤੋਂ ਲੈ ਕੇ 1552 1567 ਤੋਂ ਲੈ ਕੇ 1599 1534 ਤੋਂ 1545 ਜਾਂ 1556 ਤੋਂ 1578 ਦੱਸੋ ਜੀ ਬਿਲਕੁਲ ਸਹੀ ਜੀ 1538 ਤੋਂ ਲੈ ਕੇ 1552 ਕਿਉਂਕਿ ਗੁਰੂ ਅੰਗਦ ਦੇਵ ਜੀ ਆਪਣੇ ਸਿੱਖਾਂ ਦੇ ਦੂਜੇ ਗੁਰੂ ਸੀ ਠੀਕ ਹੈ ਜੀ ਸਭ ਕਰ ਲੈਣਾ ਹੈ ਨੈਕਸਟ ਆ ਗਿਆ ਆ ਵੀ ਕੁਐਸਚਨ ਆਪਾਂ ਹੁਣੇ-ਹੁਣੇ ਕਰਕੇ ਛੱਡੇ ਆ ਆਪਣਾ ਜੋ ਪੰਜਾਬ ਜੀਕੇ ਦੀ ਆਪਣੀ ਕਲਾਸ ਹੋਈ ਸੀ ਨਾ ਜੋ ਬਗੇਲ ਸਿੰਘ ਬਾਰੇ ਵੀ ਆਪਾਂ ਪੜਿਆ ਸੀ ਇਹਨਾਂ ਵਿੱਚੋਂ ਕਿਹੜੇ ਸਾਲ ਵਿੱਚ ਭਾਈ ਬਗੇਲ ਸਿੰਘ ਦੀ ਅਗਵਾਈ ਵਿੱਚ ਹੇਠ ਲਿਖੇ ਸਿੱਖ ਫੌਜਾਂ ਨੇ ਦਿੱਲੀ ਨੂੰ ਫਤਿਹ ਕਰ ਲਿਆ ਸੀ ਦੱਸੋ 1770 ਚ 82 ਚ 83 ਚ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਇਹ ਮੇਰਾ ਤੁਹਾਨੂੰ ਕਰਵਾਇਆ ਹੋਇਆ ਹੈ ਕਿਹਦੀ ਅਗਵਾਈ ਦੇ ਵਿੱਚ ਕੀਤੀ ਸੀ 1783 ਦੇ ਵਿੱਚ ਠੀਕ ਹੈ ਦਿੱਲੀ ਦਾ ਆਪਣਾ ਫਤਿਹ ਕੀਤਾ ਸੀ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ ਇਹਨਾਂ ਦੇ ਨਾਲ ਕੌਣ ਕੌਣ ਸੀ ਜੱਸਾ ਸਿੰਘ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਇਹਨਾਂ ਦੇ ਨਾਲ ਸੀਗੇ ਠੀਕ ਹੈ ਸੋ ਇਹ ਤੁਸੀਂ ਯਾਦ ਕਰ ਲੈਣਾ ਵਾ ਹੇਟ ਲੱਗੇ ਵਿੱਚ ਉਹ ਕਿਸ ਨਦੀ ਦੇ ਕਿਨਾਰੇ ਤੇ ਸਿੱਖਾਂ ਦੇ ਪਵਿੱਤਰ ਪਵਿੱਤਰ ਤੀਰਥ ਸਥਾਨ ਹਜੂਰ ਸਾਹਿਬ ਸਥਿਤਾ ਗੋਦਾਵਰੀ ਚ ਕ੍ਰਿਸ਼ਨਾ ਸਤਲੁਜ ਜਾਂ ਬਿਆਸ ਠੀਕ ਹੈ ਜੀ ਤਖਤ ਸ਼੍ਰੀ ਅਕਾਲ ਸ਼੍ਰੀ ਹਜੂਰ ਸਾਹਿਬ ਪੁੱਛਿਆ ਉਹਨਾਂ ਨੇ ਕਿੱਥੇ ਸਥਿਤਤਾ ਕਿਹੜੀ ਨਦੀ ਦੇ ਕਿਨਾਰੇ ਦੇ ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਕੀਤਾ ਹੋਇਆ ਵਾ ਆਪਣਾ ਪੰਜਾਬ ਜੀਕੇ ਦੇ ਵਿੱਚ ਆਪਣਾ ਇਹ ਕਵਰ ਹੋ ਜਾਂਦਾ ਬਿਲਕੁਲ ਸਹੀ ਜੀ ਗੋਦਾਵਰੀ ਨਦੀ ਦੇ ਕਿਨਾਰੇ ਆ ਜੀ ਮਹਾਰਾਸ਼ਟਰ ਦੇ ਵਿੱਚ ਹੁਣ ਅੱਗੇ ਆ ਗਿਆ ਜੀ ਇਹਨਾਂ ਚੋਂ ਕਿਹਨੂੰ ਫੋਲੋਇੰਗ ਇਜ਼ ਦਾ ਡੈਮੋਗ੍ਰਾਫਿਕ ਡਿਵਾਈਡ ਇਨ ਇੰਡੀਆ ਇਹਨਾਂ ਦੇ ਵਿੱਚੋਂ ਕਿਸ ਨੂੰ ਭਾਰਤ ਵਿੱਚ ਕਿਹੜੇ ਸਾਲ ਨੂੰ ਮਤਲਬ ਡੈਮੋਗ੍ਰਾਫਿਕ ਡਿਵਾਈਡ ਕਿਹਾ ਜਾਂਦਾ 1921 ਨੂੰ 31 ਨੂੰ 48 ਨੂੰ ਜਾਂ ਆਪਣਾ 51 ਨੂੰ ਦੱਸੋ ਜੀ ਸੋ ਬਿਲਕੁਲ ਸਹੀ ਜੀ 1921 ਇੱਕ ਇਕਨੋਮਿਕਸ ਦਾ ਕੁਐਸਚਨ ਆ ਜਾਂਦਾ ਤੇ ਸਟ੍ਰੈਟੇਜੀ ਕੀ ਦਾ ਇਹਦਾ ਮਤਲਬ ਡੈਮੋਗ੍ਰਾਫਿਕ ਡਿਵਾਈਡ ਦਾ ਮਤਲਬ ਕੀ ਹੁੰਦਾ ਨਾ ਇਹਦਾ ਮਤਲਬ ਹੁੰਦਾ ਕਿ 1921 ਤੱਕ ਆਪਣੀ ਕਦੇ ਤਾਂ ਮੰਨ ਲਓ ਜਨਸੰਖਿਆ ਜਿਹੜੀ ਘਟ ਜਾਂਦੀ ਸੀ ਕਿਸੇ ਸਾਲ ਦੇ ਵਿੱਚ ਵੱਧ ਜਾਂਦੀ ਹੁੰਦੀ ਸੀ ਕਿਸੇ ਚ ਘਟ ਜਾਂਦੀ ਹੁੰਦੀ ਸੀ ਬਟ 1921 ਤੋਂ ਬਾਅਦ ਕੀ ਹੋ ਰਿਹਾ ਸੀ ਜੀ 1921 ਤੋਂ ਬਾਅਦ ਲਗਾਤਾਰ ਜਨਸੰਖਿਆ ਵਧਦੀ ਗਈ ਲਗਾਤਾਰ ਜਨਸੰਖਿਆ ਵਾਧੀ ਗਈ ਸੋ ਉਹਨੂੰ ਆਪਾਂ ਕੀ ਕਹਿੰਦੇ ਹਾਂ ਨਾ ਡੈਮੋਗ੍ਰਾਫਿਕ ਡਿਵਾਈਡ ਇਨ ਇੰਡੀਆ ਠੀਕ ਆ ਸੋ ਇਹ ਇਕਨੋਮਿਕਸ ਸਟੈਟਿਕ ਜੀਕੇ ਦਾ ਕੁਐਸਚਨ ਬਣ ਜਾਂਦਾ ਵਾ ਠੀਕ ਆ ਹੋਰ ਇੱਕ ਇਹਦੇ ਵਿੱਚ ਇੱਕ ਹੋਰ ਵਰਡ ਅਗਰ ਆਪਾਂ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰੀਏ ਨਾ ਡੈਮੋਗ੍ਰਾਫਿਕ ਡੈਮੋਗ੍ਰਾਫਿਕ ਦਾ ਸੇਮ ਹੀ ਹੁੰਦਾ ਤੇ ਨਾਲ ਡਿਵੀਡੈਂਡ ਡਿਵੀਡੈਂਡ ਉਹ ਪੁੱਛ ਲੈਣਗੇ ਕਿ ਤੁਹਾਨੂੰ ਡੈਮੋਗ੍ਰਾਫਿਕ ਡਿਵੀਡੈਂਡ ਕੀ ਹੁੰਦਾ ਡੈਮੋਗ੍ਰਾਫਿਕ ਡਿਵੀਡੈਂਡ ਹੁੰਦਾ ਵਾ ਕਿ ਮੰਨ ਲਓ ਜਿਹੜੀ ਵਰਕਿੰਗ ਪੋਪੂਲੇਸ਼ਨ ਆ ਵਰਕਿੰਗ ਪੋਪੂਲੇਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਜਵੇ ਜਿਹੜੇ ਡਿਪੈਂਡਡ ਪੋਪੂਲੇਸ਼ਨ ਤੇ ਠੀਕ ਆ ਡਿਪੈਂਡਡ ਪੋਪੂਲੇਸ਼ਨ ਕਿਹੜੀ ਹੁੰਦੀ ਆ ਜਿਹੜੀ ਕੇ ਲਾ ਲਓ ਤੁਸੀਂ 0 ਤੋਂ 14 ਸਾਲ ਤੱਕ ਦੇ ਜਿਹੜੇ ਹੁੰਦੇ ਨੇ ਉਹ ਡਿਪੈਂਡਡ ਹੁੰਦੇ ਨੇ ਤੇ ਜੋ ਆਪਣੇ 15 ਤੋਂ ਲੈ ਕੇ 65 ਸਾਲ ਤੱਕ ਦੇ ਹੁੰਦੇ ਨੇ ਇਹ ਵਰਕਿੰਗ ਪੋਪੂਲੇਸ਼ਨ ਹੁੰਦੀ ਆ ਤੇ 65 ਪਲੱਸ ਵਾਲੇ ਵੀ ਡਿਪੈਂਡਡ ਪੋਪੂਲੇਸ਼ਨ ਹੁੰਦੀ ਆ ਠੀਕ ਆ ਸੋ ਇਹ ਜਦੋਂ ਜ਼ਿਆਦਾ ਹੋ ਜਵੇ ਇਹਨਾਂ ਦੋਨਾਂ ਤੋਂ 65 ਪਲੱਸ ਤੇ 0 ਤੋਂ 14 ਦੇ ਵਿੱਚ ਪੋਪੂਲੇਸ਼ਨ ਗਰੋਥ ਤਾਂ ਉਹਨੂੰ ਆਪਾਂ ਡੈਮੋਗ੍ਰਾਫਿਕ ਡਿਵਿਡੈਂਟ ਕਹਿ ਦਿੰਨੇ ਆ ਇਹਦਾ ਡਿਵਾਈਡ ਡਿਵਾਈਡ ਪੁੱਛਿਆ ਨਾ ਈਅਰ ਪੁੱਛ ਲਿਆ ਉਹਨਾਂ ਨੇ ਡੈਮੋਗ੍ਰਾਫਿਕ ਡਿਵਿਡੈਂਟ ਦੀ ਗੱਲ ਕਰਦਾ ਠੀਕ ਆ ਪੇਪਰ ਚ ਆਊਗਾ ਜਦੋਂ ਆਪਾਂ ਇਕਨੋਮਿਕਸ ਕਰਾਂਗੇ ਚੰਗੀ ਤਰ੍ਹਾਂ ਕਰ ਲਾਂਗੇ ਇਹਨਾਂ ਦੇ ਵਿੱਚੋਂ ਕਿਹੜੇ ਸਾਲ ਦੇ ਵਿੱਚ ਆਪਰੇਸ਼ਨ ਫਲੱਡ ਲਾਂਚ ਹੋਇਆ ਸੀ 1969 70 71 ਜਾਂ ਆਪਣਾ 72 ਦੇ ਵਿੱਚ ਦੱਸੋ ਜੀ ਬਿਲਕੁਲ ਸਹੀ ਜੀ 1970 ਦੇ ਵਿੱਚ ਇਹ ਲਾਂਚ ਸ਼ੁਰੂ ਹੋਇਆ ਸੀ ਠੀਕ ਆ ਇਦੋਂ ਇਹ ਤੇ ਇਹਨੂੰ ਹੀ ਆਪਾਂ ਕਹਿ ਦਿੰਦੇ ਹਾਂ ਕਿ ਵਾਈਟ ਰੈਵਿਊਲੂਸ਼ਨ ਦਾ ਸਬੰਧ ਵੀ ਆਪਰੇਸ਼ਨ ਫਲੱਡ ਦੇ ਨਾਲ ਹੀ ਆ ਵਾਈਟ ਰੈਵਿਊਲੂਸ਼ਨ ਦੇ ਵਿੱਚ ਆਪਾਂ ਕੀਤਾ ਹੋਇਆ ਵਾ ਥੋੜਾ ਜਿਹਾ ਓਵਰਵਿਊ ਮੈਂ ਤੁਹਾਨੂੰ ਦਿੱਤਾ ਹੋਇਆ ਇੱਕ ਕਲਾਸ ਦੇ ਵਿੱਚ ਤੇ ਇਹਦੇ ਵਿੱਚ ਹੀ ਜੇਕਰ ਆਪਾਂ ਵਾਈਟ ਰੈਵਿਊਲੂਸ਼ਨ ਦਾ ਸਬੰਧ ਆਪਰੇਸ਼ਨ ਫਲੱਡ ਦਾ ਸਬੰਧਤ ਸੀਗਾ ਆਪਣਾ ਮਿਲਕ ਦੀ ਪ੍ਰੋਡਕਸ਼ਨ ਨਾਲ ਤੇ ਵਰਗੇਜ਼ ਕਰੀਅਨ ਜਿਹੜੇ ਨੇ ਵਰਗੇਜ਼ ਵਰਗੇਜ਼ ਕਰੀਅਨ ਜਿਹੜੇ ਨੇ ਉਹ ਵਾਈਟ ਰੈਵਿਊਲੂਸ਼ਨ ਦੇ ਫਾਦਰ ਕਿਹਾ ਜਾਂਦਾ ਹੈ ਇਹਨਾਂ ਨੂੰ ਠੀਕ ਆ ਜੀ ਤੇ ਇਹ ਸਾਰਾ ਕ ਕੀਟ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਦੇ ਵਿੱਚ ਭਗਤੀ ਸੰਤਾਂ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਅਪਣਾਇਆ ਸੀ ਸੰਸਕ੍ਰਿਤ ਹਿੰਦੀ ਮਗਾੜੀ ਜਾਂ ਆਪਣੀ ਲੋਕਲ ਰੀਜਨਲ ਲੈਂਗੁਏਜ ਸਥਾਨਕ ਜਾਂ ਖੇਤਰੀ ਭਾਸ਼ਾ ਦੱਸੋ ਜੀ ਸੋ ਬਿਲਕੁਲ ਸਹੀ ਜੀ ਉਹਨਾਂ ਨੇ ਸਥਾਨਕ ਤੇ ਖੇਤਰੀ ਭਾਸ਼ਾ ਦੇ ਵਿੱਚ ਅਪਣਾਇਆ ਸੀ ਇਹ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਇਹ ਤੁਹਾਨੂੰ ਐਕਸਪੈਕਟਡ ਕੁਐਸਚਨ ਬਣਦੇ ਹੁੰਦੇ ਪਹਿਲਾਂ ਉਹਨਾਂ ਨੇ ਇੰਡੀਆ ਪੁੱਛ ਲਿਆ ਸੀ ਇੱਥੇ ਇਹਨਾਂ ਨੇ ਪੰਜਾਬ ਪੁੱਛ ਲਿਆ ਹੋਇਆ ਵਾ ਪੰਜਾਬ ਪੁੱਛਿਆ ਜੀ ਇੰਡੀਆ ਦੇ ਕਿਹੜੇ ਹਿੱਸੇ 'ਚ ਸਥਿਤ ਹੈ ਸਾਊਥ-ਈਸਟਰਨ ਸਾਊਥ-ਵੈਸਟਰਨ ਨਾਰਥ-ਈਸਟਰਨ ਜਾਂ ਨਾਰਥ-ਵੈਸਟਰਨ ਮਤਲਬ ਦੱਖਣ ਪੂਰਬੀ ਦੱਖਣ ਪੱਛਮੀ ਉੱਤਰ ਪੂਰਬੀ ਜਾਂ ਉੱਤਰ ਪੱਛਮੀ ਦੇਖੋ ਜੀ ਯਾਦ ਕਰੋ ਤੁਹਾਨੂੰ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਨਾਰਥ-ਵੈਸਟਰਨ ਹਿੱਸੇ ਦੇ ਵਿੱਚ ਮੌਜੂਦ ਆ ਠੀਕ ਹੈ ਪੰਜਾਬ ਆਪਣੇ ਭਾਰਤ ਦੇ ਗੁਰਮੁਖੀ ਗੁਰਮੁਖੀ ਲਿਪੀ ਦੀ ਖੋਜ ਕਿਹਨੇ ਕੀਤੀ ਸੀ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਕੁਐਸਚਨ ਆ ਸੋ ਜਿਹੜੇ ਕਰਵਾਏ ਹੋਏ ਕੁਐਸਚਨ ਨੇ ਉਹ ਤਾਂ ਬਿਲਕੁਲ ਵੀ ਤੁਹਾਡੇ ਗਲਤ ਨਹੀਂ ਹੋਣੇ ਚਾਹੀਦੇ ਜੇਕਰ ਤੁਹਾਡੇ ਅਜੇ ਵੀ ਗਲਤ ਹੋ ਰਹੇ ਆ ਤਾਂ ਤੁਹਾਨੂੰ ਆਪਣੀਆਂ ਕਲਾਸਾਂ ਦੇਖਣੀਆਂ ਪੈਣੀਆਂ ਨੇ ਫਿਰ ਤੁਹਾਡੇ ਇਹ ਕੁਐਸਚਨ ਕਦੇ ਵੀ ਗਲਤ ਨਹੀਂ ਹੋਣਗੇ ਠੀਕ ਆ ਜੀ ਸੋ ਇਹ ਚੰਗੀ ਤਰ੍ਹਾਂ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵਾ ਸੋ ਬਿਲਕੁਲ ਸਹੀ ਜੀ ਗੁਰੂ ਅੰਗਦ ਦੇਵ ਜੀ ਆਪਣਾ ਸਹੀ ਜਾਂਦਾ ਇਹਨਾਂ ਨੇ ਗੁਰਮੁਖੀ ਲਿਪੀ ਦੀ ਖੋਜ ਕੀਤੀ ਸੀ ਹੂ ਇਜ਼ ਦਾ ਨੋਨ ਐਸ ਦਾ ਕੋਇਲ ਆਫ ਪੰਜਾਬ ਕੋਇਲ ਆਫ ਪੰਜਾਬ ਕਿਹਨੂੰ ਕਿਹਾ ਜਾਂਦਾ ਪ੍ਰਕਾਸ਼ ਕੌਰ ਨੂੰ ਸੁਰਿੰਦਰ ਕੌਰ ਨੂੰ ਸਤਿੰਦਰ ਸੱਤੀ ਨੂੰ ਜਾਂ ਮਿਸ ਪੂਜਾ ਨੂੰ ਸੋ ਇਹ ਤਾਂ ਬਹੁਤ ਈਜ਼ੀ ਕੁਐਸਚਨ ਬਣਦਾ ਵਾ ਸੁਰੇਂਦਰ ਕੌਰ ਨੂੰ ਕਿਹਾ ਜਾਂਦਾ ਜੀ ਕੋਇਲ ਆਫ ਪੰਜਾਬ ਠੀਕ ਹੈ ਜੀ ਨੈਕਸਟ ਕੁਐਸਚਨ ਆ ਗਿਆ ਜਿਹੜਾ ਅਪਰ ਬਾਰੀ ਦੁਆਬਾ ਠੀਕ ਹੈ ਅਪਰ ਦੁਆਬਾ ਬਾਰੀ ਦੁਆਬ ਨਹਿਰ ਕਿੱਥੋਂ ਨਿਕਲਦੀ ਆ ਜੀ ਜਲੰਧਰ ਚੋਂ ਨਿਕਲਦੀ ਆ ਨੰਗਲ ਚੋਂ ਅੰਮ੍ਰਿਤਸਰ ਚੋਂ ਦਾ ਮਾਧੋਪੁਰ ਚੋਂ ਇਹ ਵੀ ਆਪਣਾ ਕੀਤਾ ਹੋਇਆ ਵਾ ਜਿਹੜਾ ਆਪਾਂ ਰਿਵਰ ਸਿਸਟਮ ਕੀਤਾ ਸੀ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਸਾਰੀਆਂ ਸਾਰੀਆਂ ਰਿਵਰਸ ਪੜੀਆਂ ਹੋਈਆਂ ਨੇ ਬਿਲਕੁਲ ਸਹੀ ਜੀ ਇਹ ਮਾਧੋਪੁਰ ਚੋਂ ਨਿਕਲਦਾ ਸੋ ਇਹ ਕੁਐਸਚਨ ਸੀਗੇ ਜਿਹੜੇ ਸ਼ਾਇਦ ਖਤਮ ਹੋ ਗਏ ਨੇ 30 ਕੁਐਸਚਨ ਹੋ ਗਏ ਨੇ ਸੋ ਇਹ ਕੁਐਸਚਨ ਆਪਣੇ ਸੀਗੇ ਜਿਹੜੇ ਕਿ ਇਹਨਾਂ ਨੇ ਪੀਰ ਪਲੱਸ ਵੀ ਦੇ ਅਕਾਊਂਟੈਂਟ ਦੇ ਵਿੱਚ ਕੁਐਸਚਨ ਪੇਪਰ ਦੇ ਵਿੱਚ ਆਏ ਹੋਏ ਨੇ ਸੋ ਹੁਣ ਅਗਲਾ ਜਿਹੜਾ ਆਪਾਂ ਕੁਐਸਚਨ ਕਰਾਂਗੇ ਅਗਲਾ ਆਪਾਂ ਕੁਐਸਚਨ ਪੇਪਰ ਕਰਾਂਗੇ ਜਿਹਦੀ ਆਪਾਂ ਜੀਕੇ ਕਰਾਂਗੇ ਉਹ ਕਰਾਂਗੇ ਕਲਰਕ ਆਈਟੀ ਠੀਕ ਹੈ ਜੀ ਆਈਟੀ ਕਲਰਕ ਦਾ ਜੋ ਪੇਪਰ ਹੋਇਆ ਸੀ ਆਈਟੀ ਕਲਰਕ ਦਾ ਜੋ ਪੇਪਰ ਹੋਇਆ ਸੀ ਉਹਦੀ ਆਪਾਂ ਪੂਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਜੀ ਸਿਰਫ ਜੀਕੇ ਜੀਕੇ ਕਰਾਂਗੇ ਉਹਦੇ ਵਿੱਚ ਵੀ 30 ਨੰਬਰ ਦੀ ਜੀਕੇ ਤੇ ਪੰਜਾਬ ਜੀਕੇ ਆਈ ਸੀ ਸੋ ਤੁਸੀਂ ਕਲਾਸਾਂ ਆਪਣੀਆਂ ਰੈਗੂਲਰ ਦੇਖੋ ਤੇ ਪੀਆਈਕਿਊ ਵੀ ਦੇਖੋ ਤੇ ਨਾਲ ਤੁਸੀਂ ਆਪਣੀ ਥਿਊਰੀ ਜ਼ਰੂਰ ਕਰੋ ਜਿਹੜੀ ਕਿ ਆਪਾਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰ ਰਹੇ ਹਾਂ ਠੀਕ ਹੈ ਜੀ ਸੋ ਹੁਣ ਆਪਾਂ ਮਿਲਦੇ ਹਾਂ ਆਪਣੀ ਅਗਲੀ ਕਲਾਸ ਦੇ ਵਿੱਚ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ